पंजाब दे लोग डिसाइड करनगे हुण पंजाबियां नूं की चाहिदा। लोग सियाणे हो गए ने ते पंजाब च बदलाव इस बारी बहुत जरूरी है। धार्मिक ग्रंथां दी बेअदबी, धार्मिक मुद्दियां दे उत्ते जिहड़ी इह इलैक्शन जितदे ने। ਸਤਿ ਸ਼੍ਰੀ ਅਕਾਲ ਮੈਮ, ਸਭ ਤੋਂ ਪਹਿਲਾਂ ਤਾਂ ਕਿਵੇਂ ਚੱਲ ਰਿਹਾ ਹੈ ਤੁਹਾਡਾ ਚੋਣ ਪ੍ਰਚਾਰ, ਕਿਵੇਂ ਦਾ ਹੁੰਗਾਰਾ ਮਿਲ ਰਿਹਾ ਲੋਕਾਂ? ਦੇਖੋ, ਅੱਜ ਅਸੀਂ ਕਾਗਜ਼ ਭਰ ਕੇ ਆਏ ਹਾਂ ਅਤੇ ਪਾਰਟੀ ਦੇ ਵਲੰਟੀਅਰ ਸਾਡੇ ਜਿਹੜੇ ਨਾਲ ਲੱਗੇ ਹੋਏ ਨੇ ਇਹ ਸੰਘਰਸ਼ ਦੇ ਰਾਹ 'ਤੇ, ਅਤੇ ਬਹੁਤ ਵਧੀਆ ਚੱਲ ਰਿਹਾ। ਅਸੀਂ ਮਿਹਨਤ ਕਰ ਰਹੇ ਹਾਂ, ਮਿਹਨਤ ਹੀ ਕਰ ਸਕਦੇ ਹਾਂ, ਅਤੇ ਲੋਕਾਂ ਨੂੰ ਹੁਣ ਲੋਕ ਸਿਆਣੇ ਹੋ ਗਏ ਨੇ, ਸਾਡੀ ਮਿਹਨਤ ਦੇ ਨਾਲ ਨਾਲ ਲੋਕਾਂ ਨੂੰ ਖੁਦ ਵੀ ਜਿਹੜੀ ਸਪੋਰਟ ਆ ਉਹ ਕਰਨੀ ਪੈਣੀ ਆ, ਕਿਉਂਕਿ ਇਹ ਜਿਹੜਾ ਰਾਹ ਇਹ ਸੌਖਾ ਨਹੀਂ ਆ। ਅਤੇ ਪੰਜਾਬ 'ਚ ਬਦਲਾਅ ਇਸ ਵਾਰੀ ਬਹੁਤ ਜ਼ਰੂਰੀ ਹੈ, ਕਿਉਂਕਿ 75 ਸਾਲਾਂ ਦੀਆਂ ਦੋ ਹੀ ਤੱਕੜੀ ਪੰਜਾਂ ਪਾਰਟੀਆਂ ਬਣ ਰਹੀਆਂ ਨੇ ਜੀ। ਚੇਂਜ ਲੋਕ ਵੀ ਹਰ ਬੰਦਾ ਕਹਿ ਰਿਹਾ ਕਿ ਬਦਲਾਅ ਆਉਣਾ ਜ਼ਰੂਰੀ ਹੈ। ਸੋ ਇੱਕ ਵਾਰੀ 5 ਸਾਲ ਦੇ ਲਈ ਆਮ ਆਦਮੀ ਪਾਰਟੀ ਨੂੰ ਦੇਖੋ, ਜੇ ਦਿੱਲੀ ਦੇ ਵਿੱਚ ਡਿਵੈਲਪਮੈਂਟ ਕਰਾਈ ਆ ਤਾਂ ਡੈਫੀਨੇਟਲੀ ਪੰਜਾਬ ਦੇ ਵਿੱਚ ਵੀ ਜੇ ਇਮਾਨਦਾਰ ਬੰਦਾ ਉੱਪਰ ਬੈਠਦਾ ਤਾਂ ਡਿਵੈਲਪਮੈਂਟ ਕਰਾਊਗਾ। ਔਰ ਅਗਰ ਜਿੱਤ ਹਾਸਲ ਹੁੰਦੀ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਕਿਹੜੇ ਕਿਹੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਮਤਲਬ ਹੱਲ ਕਰਨ ਦੀ ਕੋਸ਼ਿਸ਼ ਹੈ? ਦੇਖੋ, ਇੱਕ ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਟਾਈਮ ਸਾਡੀ ਸੁਸਾਇਟੀ ਦਾ ਕਰਪਸ਼ਨ ਹੈ। ਇਹ ਤੋਂ ਬਿਨਾਂ ਕਰਪਸ਼ਨ ਇਹੋ ਜਿਹਾ ਮੁੱਦਾ ਜਿਹੜਾ ਬਹੁਤ ਛੇਤੀ ਹੱਲ ਕੱਢਿਆ ਜਾ ਸਕਦਾ ਜੇ ਉੱਪਰ ਸਾਡਾ ਚੀਫ ਮਿਨਿਸਟਰ ਇਮਾਨਦਾਰ ਹੈ, ਹਲਕੇ ਦਾ MLA ਇਮਾਨਦਾਰ ਹੈ। ਅਤੇ ਇਹ ਤੋਂ ਬਿਨਾਂ ਸਾਡੇ ਮੁੱਦੇ ਹੀ ਮੁੱਦੇ ਨੇ। ਨਾਲ ਦੀ ਨਾਲ ਜਿਹੜੀ ਕੂੜਾ, ਸਾਡੇ ਕੂੜਾ ਅਤੇ ਪਾਣੀ ਦੀ ਸਮੱਸਿਆ ਪੂਰੇ ਪੰਜਾਬ ਦੀ ਹੈ। ਮੈਂ ਆਪਣਾ ਹਲਕਾ ਖਰੜ ਹੈ, ਸਾਡੇ ਇੱਥੇ ਕੂੜੇ ਦੀ ਸਮੱਸਿਆ ਬਹੁਤ ਵੱਡੀ ਹੈ, ਗੰਦੇ ਨਾਲੀਆਂ ਦੀ ਮੀਂਹ ਆਉਂਦਾ ਅਤੇ ਪੂਰੀ ਬੁਰੀ ਗਲੀਆਂ ਭਰ ਜਾਂਦੀਆਂ ਪਾਣੀ ਨਾਲ, ਪਿੰਡਾਂ 'ਚ ਛੱਪੜਾਂ ਦੀ। ਸੋ ਇਹ ਜਿਹੜੀ ਸਫਾਈ ਅਤੇ ਪਾਣੀ ਦੀ ਜਿਹੜੀ ਆਪਾਂ ਆਉਂਦੇ ਸਾਰ ਇਹ ਸਮੱਸਿਆ ਜਿਹੜੀ ਪਹਿਲਾਂ ਆਉਣ ਸਾਰ ਡੰਪਿੰਗ ਗਰਾਊਂਡਾਂ ਦੀ ਪ੍ਰੋਬਲਮ ਆ, ਉਹ ਆਪਾਂ ਇੱਥੋਂ ਸ਼ਿਫਟ ਕਰਕੇ ਬਾਹਰ ਬਣਾਵਾਂਗੇ। ਪਹਿਲੇ ਮਹੀਨੇ 'ਚ ਇਹ ਕੰਮ ਕਰਾਂਗੇ, ਨਾਲ ਦੀ ਨਾਲ ਜਿੰਨੇ ਵੀ ਬਾਕੀ ਲੋਕਾਂ ਦੇ ਜਿੱਦਾਂ ਦੀਆਂ ਲੋਕਾਂ ਦੀਆਂ ਡਿਮਾਂਡ, ਮੈਂ ਤਾਂ ਨੁਮਾਇੰਦਾ ਜੀ, ਮੈਂ ਇੱਕ ਜ਼ਰੀਆ ਜੀ। ਆਖਰੀ ਸਵਾਲ ਮੇਰਾ ਇਹ ਹੈ ਕਿ ਵਿਰੋਧੀ ਧਿਰਾਂ ਦੀ ਅਗਰ ਗੱਲ ਕਰੀਏ ਤਾਂ ਰਣਜੀਤ ਗਿੱਲ, ਉਹਨਾਂ ਦਾ ਵੀ ਇਹ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਖਰੜ ਦੇ ਵਿੱਚ ਮੁਕਾਬਲਾ, ਵਿਰੋਧੀ ਧਿਰਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਹਰ ਇੱਕ ਨੂੰ ਚੋਣ ਲੜਨ ਦਾ ਹੱਕ ਹੈ। ਅੱਜ ਤੱਕ ਵਿਰੋਧੀ ਧਿਰਾਂ ਹੀ ਪੰਜਾਬ 'ਚ ਜਿੱਦੀਆਂ ਆਈਆਂ, ਕਦੇ ਅਕਾਲੀਆਂ ਦੀ ਸਰਕਾਰ ਬਣੀ ਆ, ਕਦੇ ਕਾਂਗਰਸੀਆਂ ਦੀ ਸਰਕਾਰ ਬਣੀ ਹੈ, ਅਤੇ ਸਾਰਿਆਂ ਨੂੰ ਗੁੱਡ ਲੱਕ ਹੈ। ਪੰਜਾਬ ਦੇ ਲੋਕ ਡਿਸਾਈਡ ਕਰਨਗੇ ਹੁਣ ਪੰਜਾਬੀਆਂ ਨੂੰ ਕੀ ਚਾਹੀਦਾ। ਲੋਕ ਸਿਆਣੇ ਹੋ ਗਏ ਨੇ, ਕਿਉਂਕਿ ਇਹ ਪਾਰਟੀਆਂ ਨੇ ਤਾਂ ਸਾਨੂੰ ਗਲੀਆਂ ਨਾਲੀਆਂ 'ਚੋਂ ਹੀ ਨਹੀਂ ਕੱਢਿਆ, ਅਤੇ ਹੁਣ ਲੋਕਾਂ ਨੂੰ ਸਮਝਦਾਰ ਹੋਣਾ ਪੈਣਾ ਕਿ ਉਹੀ ਇਲੈਕਸ਼ਨ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਧਾਰਮਿਕ ਮੁੱਦਿਆਂ ਦੇ ਉੱਤੇ ਜਿਹੜੀ ਇਹ ਇਲੈਕਸ਼ਨ ਜਿੱਤਦੇ ਨੇ, ਕਿ ਤੁਸੀਂ ਸਕੂਲਾਂ ਲਈ, ਕਾਲਜਸ ਲਈ, ਔਰਤਾਂ ਨੂੰ ਘਰਾਂ 'ਚ ਰੁਜ਼ਗਾਰ ਦੇਣ ਲਈ, ਕੱਚੇ ਘਰਾਂ ਨੂੰ ਪੱਕੇ ਕਰਨ ਲਈ, ਇਸ ਸੁਸਾਇਟੀ ਦੀ ਸਫਾਈ ਲਈ ਇੱਕ ਵਧੀਆ ਰੰਗਲਾ ਪੰਜਾਬ ਬਣਾਉਣ ਲਈ ਵੋਟ ਪਾਉਣੀ ਹੈ, ਜਾਂ ਉਹੀ ਮੁੱਦਿਆਂ 'ਚ ਫਸ ਕੇ ਰਹਿਣਾ? ਕਿਉਂਕਿ ਦੋ ਪਾਰਟੀਆਂ ਨੂੰ ਬਣਾਉਣਾ ਦੇਖ ਲਿਆ, ਇਹਨਾਂ ਨੇ ਕੱਖ ਨਹੀਂ ਕੀਤਾ, ਹੁਣ ਲੋਕ ਬਦਲਾਅ ਲੱਭ ਰਹੇ ਨੇ, ਇਹਨਾਂ ਦੀ ਸਰਕਾਰ ਨਹੀਂ ਬਣਨੀ ਜੀ। ਜੀ, ਥੈਂਕ ਯੂ, ਸ਼ੁਕਰੀਆ ਗੱਲਬਾਤ ਲਈ, ਥੈਂਕ ਯੂ। ਅਸੀਂ ਆਪਣੇ ਨਾਲ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਅਨਮੋਲ ਗਗਨ ਮਾਨ, ਜਿਨ੍ਹਾਂ ਦੇ ਵੱਲੋਂ ਅੱਜ ਆਪਣੀ ਨਾਮਜ਼ਦਗੀ ਹੈ ਜੋ ਦਾਖਲ ਕੀਤੀ ਗਈ ਹੈ, ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਹੈ ਜੋ ਭਰਵਾਂ ਹੁੰਗਾਰਾ ਮਿਲ ਰਿਹਾ। ਹੋਰ ਅਪਡੇਟਸ ਲੈ ਕੇ ਜਲਦ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦੇਖਦੇ ਰਹੋ ਸਾਡਾ ਚੈਨਲ ਸ਼ਾਨ ਪੰਜਾਬੀ, ਮਾਨ ਪੰਜਾਬ ਦਾ। ਧੰਨਵਾਦ।